ਹੋਰ ਸੁਣਾਓ ਕੀ ਹਾਲ ਆ? ਮੈਂ ਲੰਘਿਆ ਜਾਂਦਾ ਸੀ, ਮੈਂ ਕਿਹਾ ਯਾਰ ਮਸ਼ੀਨ ਤਾਂ ਹੁਣ ਵਾਲੇ ਮਾਡਲ ਲੱਗਦਾ, ਮੈਂ 18 ਮਾਡਲ ਲੱਗਦਾ। ਕਿਵੇਂ ਟਰਾਲੀ ਆ ਹੁਣ? ਬਸ ਕੰਮ ਹੁਣ ਜਿਵੇਂ ਆ, ਅੱਜ ਤੋਂ ਇੱਕ ਦੋ ਦਿਨਾਂ 'ਚ ਹੀ ਚੱਲਿਆ ਬਸ। ਅੱਜ ਰੌਣ ਜਾ ਬਹੁਤ ਮੁਸ਼ਕਿਲ ਹੋਇਆ। ਕਿੰਨਾ ਕੁ ਟਾਈਮ ਲੱਗਣਾ ਟਰਾਲੀ ਭਰਨ? ਟਰਾਲੀ ਵੀ ਤੁਹਾਡੀ ਵੱਡੀ ਆ, ਹੈ ਨਾ? ਵੱਡੀ ਆ ਟਰਾਲੀ। ਉਹ ਦੂਜੇ ਮਾਡਲ ਨਾਲੋਂ ਫਰਕ ਹੈ ਇਹਦਾ? ਅੱਛਾ, ਇਹ ਤਾਂ ਨਾ ਜਿੰਨਾ ਜਿਵੇਂ ਹੁਣ ਪੱਖਿਆਂ ਦਾ ਬੜਾ ਸੁਧਾਰ ਭੈਣ ਜੇ ਖੋ ਕੇ ਟਰਾਲੀਆਂ ਧਾਰ ਦਿੰਦੇ ਅੱਗੇ ਆਉਣੀਆਂ ਹੋ ਜਾਂਦੀਆਂ ਹੁਣ ਆਉਣੀ ਟਰਾਲੀ ਹੁੰਦੀ ਹੈ। ਹਾਂ, ਇੱਦਾਂ ਨਾ ਜਿਸ ਤਰ੍ਹਾਂ ਹੁਣ ਸਪੋਜ ਕਰੋ, ਹਾਂ ਹੁਣ ਜਿਵੇਂ ਚੱਲ ਰਿਹਾ ਇਹ, ਵੀ ਕੁਛ ਲੈਗੀ ਕੁਛ ਬਾਹਰੇ, ਕੁਛ ਲੈਗੀ ਕੁਛ ਬਾਹਰੇ, ਇੱਦਾਂ ਨਹੀਂ ਕੋਈ ਵੀ ਜਿੰਨਾ ਆ ਗਿਆ ਮੰਨ ਲਓ ਉਨਾ ਹੀ ਲਾਓ ਕਰਨਾ। ਬਸ ਹਾਂ, ਹਾਂ ਠੀਕ ਹੈ। ਆਪਣੇ ਹੋਰ ਵੀ ਆਈ ਇੱਕ ਆਪਣੀ ਆਈ ਸੀ, ਆਪਣੀ ਆਏ ਪਿੰਡ 'ਚ ਕੱਲੀ ਹੀ ਆਈ। ਅੱਛਾ ਅੱਛਾ, ਟਰਾਲੀ ਨੂੰ ਕਿੰਨਾ ਕੁ ਟਾਈਮ ਲੱਗ ਜਾਂਦਾ ਭਰਨ ਨੂੰ? ਕੀਤਾ ਹੀ ਕੋਈ ਨਹੀਂ ਚੈੱਕ, 20 ਮਿੰਟ ਲੱਗਦੇ ਹੋਣੇ ਨੇ, ਜ਼ਿਆਦਾ ਤਾਂ ਨਹੀਂ ਲੱਗਦੇ ਹੋਣੇ। ਅੱਛਾ ਅੱਛਾ, ਹਾਂ ਭਰ ਦਿੰਦਾ। ਪਹਿਲਾਂ ਵਾਲੀਆਂ ਨਾਲੋਂ ਕਿੰਨਾ ਕੁ ਫਰਕ ਹੈ ਇਹ? ਬਹੁਤ ਫਰਕ ਹੈ, ਬਹੁਤ ਫਰਕ ਹੈ ਪਹਿਲਾਂ। ਹਾਂ ਅੱਛਾ ਅੱਛਾ, ਅੰਤਰ ਬਹੁਤ ਜ਼ਿਆਦਾ ਹੈ। ਅੱਛਾ, ਖਿਚਾਈ ਕਿੰਨੀ ਹੈ ਉਹ ਨਾਲੋਂ ਫਰਕ ਹੈ? ਖਿਚਾਈ ਦਾ ਖਿਚਾਈ ਫੁੱਲ ਕਰਦਾ ਪਿਆ, ਸਫਾਈ ਵੀ ਫੁੱਲ ਕਰਦਾ। ਇਹ ਕਿੰਨੇ ਦੇ ਚਲਾਉਂਦਾ? ਹੈਂ ਕਿੰਨੇ ਦੇ ਚਲਾਉਂਦਾ? ਇਹ 18 ਦੇ ਚੱਲਣ ਡਿਆ। ਜੇ 1500 ਦੇ ਚਲਾਵੇ ਚੱਲਦਾ ਨਾ? ਪਤਾ ਨਹੀਂ ਉਹਨੇ 1500 ਦੇ, 18 ਦੇ ਅਤੇ 16 ਦੇ ਵਿੱਚ ਹੀ ਚੱਲਣ ਡਿਆ। ਨਹੀਂ, ਇਹਨੂੰ 1500-1550 ਕਰਵਾਓ, ਦੇਖ ਕੀ ਕਹਿੰਦਾ ਭਲਾ। ਜੇ ਮੰਨ ਲਓ ਇਕੱਠਾ ਕੰਮ ਹੋਵੇ ਤਾਂ ਜਿੰਨਾ ਮਰਜ਼ੀ ਕੱਢ ਲੈ ਕੰਮ।